ਹੁਣ ਸ਼ੇਰਾਂ ਦੀ ਦੁਨੀਆ ਵਿੱਚ ਜਿਸ ਤਰ੍ਹਾਂ ਦੋਸਤਾਂ ਦੀਆਂ ਚਾਹਤਾਂ ਮੁਕਤਾਈਆਂ ਕੋਸ਼ਿਸ਼ ਕਰਸਾਂ ਜਿਹੜੀ ਜਿਹੜੀ ਯਾਦ ਹੈ ਪੇਸ਼ ਕੀਤੀ ਜਾਏ। ਹੈਲੋ ਪਹਿਲਾ ਸ਼ੇਰ ਜਨਾਬ ਕਰੀਮ ਅਮਾਬਾਦ ਫੌਜ ਬਿੱਲਾ ਇਬਨ ਸ਼ੈਤਵਾਨ ਅਜ਼ੀਮ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅੱਲਾਹ ਦੇ ਨਾਂ ਦੀ ਆਗਾਜ਼ ਕਰਕੇ, ਅੱਲਾਹ ਦੇ ਨਾਂ ਦੀ ਆਗਾਜ਼ ਕਰਕੇ ਆਖਾਂ ਅੱਲਾਹ 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 ਹੋ ਅੱਲਾਹ। ਉਹ ਜੋ ਚਾਹੁੰਦਾ ਉਹ ਮਨ ਵਿੱਚ ਪਾ ਲੈਂਦਾ ਕਰਦਾ ਜਿਹੜਾ ਵੀ ਤੇਰੀ ਜਸਤਜੋ ਅੱਲਾਹ। ਭਾਈ ਸਦਕੇ ਨਬੀ ਦੇ ਤੇਰੀ ਰਜ਼ਾ ਚਾਹਵਾਂ ਰਹਿੰਦੀ ਦਿਲ ਵਿੱਚ ਇਹ ਆਰਜ਼ੂ ਅੱਲਾਹ। ਪੁੱਤ ਮਿੱਟੀ ਦਾ ਇੱਕ ਬਨਾ ਜ਼ਿਕਰੀ ਨਾਲ ਇੱਕ ਮਤਾਂ ਭਰਿਆ ਸਭੂ ਅੱਲਾਹ। ਮੈਂ ਸਾਰੇ ਦੋਸਤਾਂ ਕਿ ਇਸ ਮਹਿਫਲ ਵਿੱਚ ਖੁਸ਼ਾਮਦੀਦ ਆਖਣਾ ਹੈ ਜੀ। ਅਤੇ ਅੱਜ ਸ਼ਾਦੀ ਖਾਨਾ ਆਬਾਦੀ ਦੁੱਲਾ ਚੌਧਰੀ ਅਮਰ ਅਲੀ ਦੀ ਖੁਸ਼ੀ ਵਿੱਚ ਅਸੀਂ ਸਾਰੇ ਸ਼ਰੀਕ ਹੋਇਆ। ਅਤੇ ਕਰਨੇ ਤਰਫੋਂ ਔਰ ਜਿੰਨੇ ਵੀ ਇਹਨਾਂ ਦੇ ਦੋਸਤ ਹੈ ਉਹਨਾਂ ਦੀ ਤਰਫੋਂ ਅਸਾਂ ਤੁਸੀਂ ਕਿ ਖੁਸ਼ਾਮਦੀਦ ਆਖਦੇ ਹਾਂ। ਅਤੇ ਖੁਸ਼ੂਸੀ ਤਾਵਣ ਚੌਧਰੀ ਆਸਮ ਸਾਹਿਬ ਨਾਲ ਅਤੇ ਚੌਧਰੀ ਵਿਕਾਸ ਸਾਹਿਬ, ਅਵੈਸ ਅਲੀ ਚੌਧਰੀ ਸਾਹਿਬ, ਅਤਸ਼ਾਮ ਸਾਹਿਬ, ਅਦਾਲਤ ਖਾਨ ਸਾਹਿਬ ਖਾੜਕ, ਚੌਧਰੀ ਆਸਿਫ ਸਾਹਿਬ, ਚੌਧਰੀ ਫਜ਼ਾਲ ਸਾਹਿਬ, ਸਜਾਦ ਹੁਸੈਨ ਸਾਹਿਬ, ਅਰਫਾਨ ਖਾਨ, ਚੌਧਰੀ ਇਮਰਾਨ ਖਾੜਕ, ਚੌਧਰੀ ਨਜ਼ੀਰ, ਜ਼ੈਨ ਇਕਬਾਲ ਸਾਹਿਬ, ਮਜ਼ਹਰ ਇਕਬਾਲ ਸਾਹਿਬ, ਚੌਧਰੀ ਅਸਜਦ ਸਾਹਿਬ, ਨਵੀਦ ਇਕਬਾਲ ਸਾਹਿਬ, ਚੌਧਰੀ ਅਮਾਨ ਸਾਹਿਬ, ਚੌਧਰੀ ਜਨੈਦ ਗੁੱਜਰ ਗਰਮਾਲਾ, ਅਤੇ ਜਮਸ਼ੈਦ ਚੌਧਰੀ ਜਮਸ਼ੈਦ ਗੁੱਜਰ ਗਰਮਾਲਾ, ਦਨਿਆਲ ਮਲਕ ਸਾਹਿਬ, ਇਹਨਾਂ ਸਾਰਿਆਂ ਦੋਸਤਾਂ ਨੇ ਬੜੀ ਮਿਹਰਬਾਨੀ ਜੀ ਜਿਹੜੇ ਤੁਸੀਂ ਤਸ਼ਰੀਫ ਲਾਇਓ। ਦੁਲੇ ਨਵਾਲਤ ਚੌਧਰੀ ਅਲੀ ਅਸਗਰ ਸਾਹਿਬ ਜਿਨ੍ਹਾਂ ਨੇ ਤਾਵਣ ਨਾਲ ਪ੍ਰੋਗਰਾਮ ਪੇਸ਼ ਹੋਈ ਦਿਆ, ਅਤੇ ਖਸੂਸੀ ਤਾਵਣ ਆਸਮ ਸਾਹਿਬ। ਅਤੇ ਮੈਂ ਚੰਦ ਅਸ਼ਾਰ ਦੀ ਬਾਅਦ ਜਿਹੜਾ ਨਾ ਤੁਸਾਂ ਕਿ ਬਿਸਮਿਲ੍ਲਾ ਰਹਿਮਾਨ ਰਹੀਮ, ਜਿਤਨੇ ਵੀ ਦੋਸਤ ਅਰਬਾਬ ਸਾਡੀ ਬਜ਼ਮ ਵਿੱਚ ਮੌਜੂਦ ਹੋ ਸਾਰਿਆਂ ਕੀ ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ। ਅੱਜ ਦੀ ਮਹਿਫਲ ਜਨਾਬ ਸਾਡੇ ਭਾਈ ਚੌਧਰੀ ਅਮਰ ਅਲੀ ਸਾਹਿਬ ਉਹਨਾਂ ਦੀ ਸ਼ਾਦੀ ਖਾਨ ਆਬਾਦੀ ਦੇ ਸਿਲਸਿਲੇ ਮੁਨਾਕਦ ਹੋਈ, ਜਿਸ ਨੇ ਵਿੱਚ 100-100 ਦੋਸਤ ਇਕੱਠੇ ਹੋਏ ਹਾਂ। ਮਹਿਫਲ ਦੀਆਂ ਪੁਰਜ਼ੋਰ ਕਾਫਿਸ਼ਾਂ ਮੇਰੇ ਭਾਈ ਜਨਾਬ ਚੌਧਰੀ ਆਸਮ ਹੁਸੈਨ ਸਾਹਿਬ ਖਾੜਕ ਮੀਰਪੁਰ ਨਾਲ ਤਲਕ, ਉਹਨਾਂ ਨੇ ਹੁਕਮ ਦੇ ਮੁਤਾਬਕ ਅਸਾਂ ਦੋਸਤ ਦਰਮਿਆਨ ਹਾਜ਼ਰ ਹਾਂ। ਬਾਣੀ ਮਹਿਫਲ ਜਨਾਬ ਮੇਰੇ ਨਾਇਤ ਹੀ ਕਾਬਲੇ ਕਦਰ ਜਨਾਬ ਚੌਧਰੀ ਅਸਗਰ ਸਾਹਿਬ, ਦੀਗਰ ਜਿਤਨੇ ਵੀ ਦੋਸਤ ਅਬਾਬ ਇਹਨਾਂ ਨੇ ਸਾਡੀ ਬਜ਼ਮ ਵਿੱਚ ਆਏ, ਸਾਰਿਆਂ ਕੀ ਅਸਾਂ ਵੈਲਕਮ ਆਣਿਆ। ਨਾਲ ਨਾਲ ਦੋਸਤਾਂ ਦੀਆਂ ਹਾਜ਼ਰੀਆਂ ਵੀ ਹੋ ਸਨ, ਤਾਂ ਨਾਲ ਨਾਲ ਮਹਿਫਲ ਦਾ ਸਿਲਸਿਲਾ ਵੀ ਸ਼ੁਰੂ ਕਰ ਸਾਂ। ਇੱਕ ਦਫ਼ਾ ਨਬੀ ਪਾਕ ਨੇ ਕਲਮਾ ਯਾਦ ਕਰੋ ਤਾਂ ਕਿ ਮਹਿਫਲ ਦਾ ਆਗਾਜ਼ ਕਰੀਏ। ਬਿਸਮਿਲ੍ਲਾ ਰਹਿਮਾਨ ਰਹੀਮ, ਲਾ ਇਲਾਹ ਇੱਲਾ ਮੁਹੰਮਦ ਰਸੂਲਿਲ੍ਲਾ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ। ਸਾਡੀ ਬਜ਼ਮ ਵਿੱਚ ਬਹੁਤ ਅੱਛੇ ਸ਼ਾਇਰ ਮੇਰੇ ਭਾਈ ਜਨਾਬ ਜ਼ਿਕਰੀ ਸਾਹਿਬ ਔਰ ਮੇਰੇ ਭਾਈ ਚੌਧਰੀ ਬਦਰ ਸਾਹਿਬ ਵੀ ਆਏ, ਅਸਾਂ ਇਹਨਾਂ ਕਿ ਵੀ ਦਿਲ ਦੀਆਂ ਥਾਂ ਕਰੀਆਂ ਨਾਲ ਖੁਸ਼ ਆਮਦੇਦ ਆਣੇ ਹਾਂ। ਮੇਰੇ ਨਾਲ ਜਨਾਬ
ਸੈਯਦ ਉਬਦਾਰ ਸ਼ਾਹ ਸਾਹਿਬ, ਇਹ ਵੀ ਅੱਛਾ ਸ਼ੁਗਲ ਸੁਣਾ ਸਨ, ਮੈਂ ਵੀ ਕੋਸ਼ਿਸ਼ ਕਰਸਾਂ ਜੋ ਕਿ ਜਨਰਲ ਸੰਤੋਸ਼ ਮਹਿਸੂਸ ਹੋਵੇ। ਬਿਸਮਿਲਾ ਜੀ। ਬਿਸਮਿਲ੍ਲਾ ਰਹਿਮਾਨ ਰਹੀਮ। ਮੇਰੀ ਤਰਫੋਂ ਦੁਲੇ ਨੇ ਵਾਲਦ ਔਰ ਇਹਨਾਂ ਨੇ ਸਾਰੀ ਫੈਮਿਲੀ ਕੀ ਮੁਬਾਰਕਬਾਦ ਪੇਸ਼ ਕਰਨੇ ਆ। ਅੱਲਾ ਪਾਕ ਇਹਨਾਂ ਨੇ ਜ਼ਿੰਦਗੀ ਆਉਣ ਵਾਲੀ ਖੁਸ਼ੋ ਖੁਰਮ ਗੁਜ਼ਰੇ। ਤੇ ਬਹੁਤ ਹੀ ਮੇਰੇ ਕਾਬਲੇ ਇਹਤਰਾਮ ਡਾਕਟਰ ਇਮਰਾਨ ਸਾਹਿਬ,
ਪਾਕਿਸਤਾਨ ਤੋਂ ਤਸ਼ਰੀਫ ਫਰਮਾ ਹੋਏ, ਬੜੀ ਪਿਆਰੀ ਆਵਾਜ਼ ਨੇ ਮਾਲਕ ਏ, ਤੇ ਮੈਂ ਵੀ ਜੋ ਕੁਝ ਜਾਣਨਾ ਇਹਨਾਂ ਦਾ ਸਾਥ ਦੇ ਸਾਂ। ਤੇ ਤੁਸਾਂ ਨੇ ਪੇਸ਼ੇ ਖਿਦਮਤ ਪਹਿਲਾ ਸ਼ੇਰ, ਵਾਹ ਜੀ ਵਾਹ।
ਕੋਲੇ ਅਜੀਬ ਤੱਕਿਆ ਆ ਜਿਹੜੀ ਦਰਦੋ ਫਰਾਕ ਵਿੱਚ ਰੋਂਦੀ ਰਹਿੰਦੀ ਦਾਮਨ ਫੈਲਾਇਆ ਖਰਾਤ ਖਾਤਰ ਮੇਰੇ ਮੌਲਾ ਦਾਮਨ ਫੈਲਾਇਆ ਖਰਾਤ ਖਾਤਰ ਉਹ ਸ਼ਾਹ ਹੁਸੈਨ ਹੋਏ ਸਹਾਨ ਹੋਇਆ ਸੀਰੇ ਦੇ ਅਦਾਬੇ ਮਹਿਫਲ ਤੋਂ ਬਾਅਦ ਇੱਕ ਦੋ ਗੱਲਾਂ ਅਮਦੇ ਬਰੇ ਤਾਲਾ ਵਿੱਚ ਪੇਸ਼ ਕਰਸਾਂ ਔਰ ਫਿਰ ਇੱਕ ਦੋ ਗੱਲਾਂ ਨਾ ਤੇ ਰਸੂਲੇ ਮਕਬੂਲ ਔਰ ਫਿਰ ਨਾਲ ਨਾਲ ਮਹਿਫਲ ਕੀ ਚੇਂਜ ਕਰਸਾਂ ਟਾਈਮ ਦੀ ਮੁਨਾਸਬਤ ਨਾਲ ਕੋਸ਼ਿਸ਼ ਕਰਸਾਂ ਹਰ ਦੋਸਤ ਦੀ ਚਾਹਤ ਮੁਹੱਬਤ ਪੂਰੀ ਹੋਵੇ। ਅਮਦੇ ਬਰੇ ਤਾਲਾ ਵਿੱਚ ਲਿਖਣ ਵਾਲੇ ਇੱਕ ਸਦਾ ਕੀਤੀ ਖੁਦਾ ਬੰਦਾ ਤੇਰੀ ਸ਼ਾਨ ਰਹੀਮ ਰਹਿਮਾਨ ਬੇਸ਼ਾ ਇੱਕੋ ਆਪਣੇ ਮਹਿਬੂਬ ਯਸੀਨ ਵਾਸਤੇ ਹੈ ਤੂੰ ਬਣਾਏ ਨੇ ਦੋਨੋਂ ਜਾਨ ਬੇਸ਼ਾ Thank you.
ਮਖਲੂਕ ਇਨਸਾਨ ਬੇਸਾਨ ਓ ਸ਼ੁਕਰ ਤੇਰੀ ਇੱਕ ਰਹਿਮਤ ਦਾ ਤੇ ਮੈਂ ਤਾਬ ਹਾਂ ਪੂਰਾ ਕਰ ਨਹੀਂ ਸਕਦੀ ਜ਼ਬਾਨ ਬੇਸਾਨ ਤੇਰੀ ਵੰਡ ਤੂੰ ਮਾਲਕਾ ਜਾਂ ਸਦਕੇ ਪਿਆ ਕਰਮ ਕਰਨੇ ਸੱਚੀਆਂ ਕੂੜਿਆਂ ਤੇ ਸੁੱਕੇ ਟੁਕੜੇ ਸੁੱਕੇ ਟੁਕੜੇ ਰਾਤ ਦੇ ਕੋਈ ਖਾਂਦਾ ਕੋਈ ਸਦਾ ਰਹਿੰਦਾ ਅਲਵੇ ਪੂੜੀਆਂ ਤੇ ਓ ਕੋਈ ਮਖਮਲੀ ਹਾਏ ਸੇਜਾਂ ਤੇ ਸੌਂਦੀਆਂ ਨੀ ਕਈ ਉਮਰਾਂ ਲੰਘਾ ਗਈਆਂ ਫੂੜੀਆਂ ਤੇ ਹੋ ਕੋਈ ਕਾਲੀਆਂ ਹੋ ਕੋਈ ਕਾਲੀਆਂ ਰੱਜ ਕੇ ਕਾਲੀਆਂ ਨੀ ਕਈਆਂ ਰੂਪ ਰੰਗੇ ਰੰਗ ਗੂੜਿਆਂ ਤੇ ਓ ਕੋਈ ਸੋਨੇ ਦੀਆਂ ਹਾਏ ਪਰੀਆਂ ਪਈਆਂ ਕੰਨ ਸ਼ਿਕਵੇ ਕੋਈ ਖੁਸ਼ ਨੀ ਕੱਚ ਦੀਆਂ ਚੂੜੀਆਂ ਤੇ ਓ ਹਾਫਜ ਕੱਟ ਲੈ ਸਾਂ ਜ਼ਿੰਦਗੀ ਦੇ ਓ ਹਾਫਜ ਕੱਟ ਲੈ ਸਾਂ ਜ਼ਿੰਦਗੀ
ਉੜੀਆਂ ਤੇ ਹੰਕਾਰ ਪਾ ਗਿਆ ਤੇ ਬਣਾਉਣ ਵਾਲਾ ਕੋਈ ਚੰਗੇ ਕੋਈ ਮੰਦੇ ਬਣਾ ਦੇਣਾ ਸਰ ਜੀ।